ਸਤਿ ਸ਼੍ਰੀ ਅਕਾਲ ਜੀ ਆਓ ਫੀਲਡ ਹੈ ਜਿੱਥੇ ਅਸੀਂ ਮੁੰਜੀ ਲਾਣੀ ਹੈ तकरीबन 25 ਦਿਨ ਬਾਅਦ ਉੱਥੇ ਅਸੀਂ ਜੰਤਰ ਭੇਜਿਆ ਸੀ ਮੈਂ ਇਹਦੀ ਪਹਿਲੀ ਵੀਡੀਓ ਤੁਹਾਨੂੰ ਦਿਖਾਈ ਸੀ ਲੇਕਿਨ ਇੱਕ ਕੰਮ ਬੜਾ ਖਰਾਬ ਹੋਇਆ ਬੜੀ ਬੁਰੀ ਹੋਈ ਹੈ ਸਾਡੇ ਨਾਲ ਜੰਤਰ ਜਿਹੜਾ ਅਸੀਂ ਪਹਿਲੇ ਭੇਜਿਆ ਸੀ ਉਹ ਬੀਜ ਖਰਾਬ ਸੀ ਉੱਗਿਆ ਹੀ ਨਹੀਂ ਪਰ ਨਾ ਸ਼ਾਇਦ ਅਸੀਂ ਇਹ ਕੁਰਬਾਨੀ ਦੇ ਨਜ਼ਦੀਕ ਕਿਉਂਕਿ ਹਾਲੀ 25 ਤੋਂ 30 ਦਿਨ ਰਹਿੰਦੇ ਨੇ ਕੁਰਬਾਨੀ ਨੂੰ 25 30 ਦਿਨ ਹਾਲੀ ਮੁੰਜੀ ਲਾਉਣ ਨੂੰ ਰਹਿੰਦੇ ਨੇ ਤੇ ਅਸੀਂ ਸ਼ਾਇਦ ਵੇਚ ਵੀ ਲੈਂਦੇ ਲੇਕਿਨ ਬਹਰਾਲ ਮੇਰਾ ਮੇਨ ਮਕਸਦ ਤੇ ਨੂ ਰੋਟਾਵੇਟਰ ਕਰਨਾ ਸੀ ਐ ਉਹ ਪੌਦੇ ਨੇ ਜਿਹੜੇ ਪਹਿ 25 ਦਿਨਾਂ ਚ ਇਹਨੇ 4-4 ਫੁੱਟ ਦਾ ਹੋ ਜਾਣਾ ਸੀ ਤੇ ਬਿਹਤਰੀਨ ਸੇਲ ਹੋਣਾ ਸੀ ਲੇਕਿਨ ਅੱਲਾ ਪੱਲਾ ਕਰੇ ਮੰਡੀ ਵਾਲਿਆਂ ਦਾ ਇਹ ਵੇਚੀ ਨਹੀਂ ਹੋ ਗਿਆ ਉਸ ਟਾਈਮ ਵਾਲਾ ਜਿਹੜਾ ਪਹਿਲਾ ਪਾਇਆ ਸੀ ਨਾ ਉਹ ਵੇਚੀ ਨਹੀਂ ਹੋ ਗਿਆ ਐ ਫਿਰ ਅਸੀਂ ਦੂਸਰੀ ਦਫ਼ਾ ਤਕਰੀਬਨ ਆ ਉਸ ਤੋਂ ਲੇਟ ਹੋ ਗਿਆ 12 ਕੋ ਦਿਨ ਤੇ ਐ ਸੀ ਦੁਬਾਰਾ ਜਿਹੜਾ ਬੀਜਿਆ ਉਹ ਹੁਣ ਏਡਾ ਏਡਾ ਹੋ ਗਿਆ ਤਕਰੀਬਨ 1-1 ਫੁੱਟ ਦਾ ਹੋਣ ਵਾਲਾ ਤੇ ਸ਼ਾਇਦ ਇਹ ਵੀ ਹੋ ਜਾਏ ਸੇਲ ਦੇ ਕਾਬਲ ਬਹਰ ਹਾਲ ਹੋਵੇ ਜਾਂ ਨਾ ਹੋਵੇ ਸਾਡਾ ਮੇਨ ਮਕਸਦ ਇਹ ਕੋਈ ਸੀ ਕਿ ਇਹਨੂੰ ਅਸੀਂ ਜਿਹੜਾ ਨਾ ਰੋਟਾਵੇਟਰ ਕਰਾਂਗੇ ਜ਼ਮੀਨ ਵਿੱਚ ਬਿਹਤਰੀਨ ਕਿਸਮ ਦੀ ਸਬਜ਼ ਖਾਦ ਬਣੇਗੀ ਡੀਪੀ ਦੀ ਬਚਤ ਤੇ ਬਾਕੀ ਇਹ ਤੁਹਾਨੂੰ ਦਿਖਾਣਾ ਸੀ ਤੇ ਬਹੁਤ ਸਾਰੇ ਭਾਈ ਕਹਿ ਰਹੇ ਸਨ ਕਿ ਜੰਤਰ ਵਾਲੀ ਵੀਡੀਓ ਦੁਬਾਰਾ ਨਹੀਂ ਸਿਲਾਈ ਕੰਮ ਹੀ ਬੜਾ ਖਰਾਬ ਹੋ ਗਿਆ ਸੀ ਜੰਤਰ ਰੁਗ ਗਿਆ ਹੀ ਨਹੀਂ ਸੀ ਤੇ ਵੀਡੀਓ ਫਿਰ ਹੁੰਦੀ ਕੀ ਲਾਂਦੇ ਹੋਣ ਕੁਝ ਥੋੜਾ ਜਿਹਾ ਬਿਹਤਰ ਹੋਇਆ ਤੇ ਫਿਰ ਮੈਂ ਕਿਹਾ ਚਲੋ ਵੀਡੀਓ ਬਣਾ ਕੇ ਅਪਲੋਡ ਕਰ ਦਿੰਨਾ ਤੇ ਬਾਕੀ ਇਨਸ਼ਾਅੱਲਾ ਫਿਰ ਮੈਂ ਤੁਹਾਨੂੰ ਦੱਸਾਂਗਾ ਇਨਸ਼ਾਅੱਲਾ ਕੁਰਬਾਨੀ ਦੇ ਨਜ਼ਦੀਕ ਸੇਲ ਹੁੰਦਾ ਕਿ ਨਹੀਂ ਇੱਕ ਵਾਰੀ ਇਹਨਾਂ ਨੂੰ ਅਸੀਂ ਖਾਦ ਲਾਈਏ ਪਹਿਲੀ ਖਾਦ ਅਦੀ ਬੁਰੀ ਯੂਰੀਆ ਦੀ ਇਹ ਉਮੀਦ ਹੈ ਕਿ ਦਿਨਾਂ ਦੇ ਵਿੱਚ ਤਿਆਰ ਹੋਏਗਾ ਤੇ ਮਿਲਾਂਗੇ ਅਗਲੀ ਵੀਡੀਓ ਵਿੱਚ ਜਦੋਂ ਚੋਨਾ ਲਾਵਾਂਗੇ ਅਲਾ ਹਫਜ਼